ਤਾਂ ਦਰਸ਼ਕਾਂ ਵੱਲੋਂ ਜਿਨ੍ਹਾਂ ਤੋਂ ਪੈਸੇ ਲੈਣੇ ਆ ਜਿਹੜੀ ਸਪੋਰਟਸ ਕਲੱਬ ਆ ਵਿਚਾਲੇ ਅੜੀ ਵੀ ਆ ਅਸੀਂ ਇਹ ਫੈਸਲਾ ਕੀਤਾ ਸਪੋਰਟਸ ਕਲੱਬ ਨੇ ਫੈਸਲਾ ਕੀਤਾ ਵੀ ਜਿਹੜਾ 20000 ਰੁਪਿਆ ਜੇ ਟੀਮਾਂ ਨਹੀਂ ਖੇਡਦੀਆਂ ਰਵਿੰਦਰ ਪੰਜ ਟੀਮਾਂ ਬਈ ਆਪਣੀ ਪੰਜ ਟੀਮਾਂ ਪੰਜਾਂ ਨੂੰ 10-10000 ਰੁਪਿਆ ਆਊਗਾ ਔਰ ਸੈਕੰਡ ਜਿਹੜਾ ਪ੍ਰਾਈਜ਼ ਆ ਉਹ ਆਪਾਂ ਸਤਨਾਮ ਨੂੰ ਦੇ ਦਿਓ ਜਿਹੜੇ ਮੋਟਰਸਾਈਕਲ ਅਗਲੇ ਸਾਲ ਨੂੰ ਇਹ ਟੀਵੀਐਸ ਮੋਟਰਸਾਈਕਲ ਅਗਲੇ ਸਾਲ ਨੂੰ ਬੁਲਟ ਕੀਤੇ ਜਾਣਗੇ ਠੀਕ ਹੈ ਜੀ ਤੁਸੀਂ ਦੱਸ ਦਿਓ ਵੀ ਲੋਕੋ ਕੀ ਸਹੀ ਆ ਫੈਸਲਾ ਦਰਸ਼ਕ ਵੀਰੋ ਜੇ ਤਾਂ ਠੀਕ ਹੈ ਜੀ ਸਾਰੇ ਹੱਥ ਖੜੇ ਕਰਕੇ ਦੱਸ ਦਿਓ ਜੇ ਕਿਵੇਂ ਕਲੱਬ ਦਾ ਫੈਸਲਾ ਸਹੀ ਹੈ ਜੇ ਕਲੱਬਾਂ ਨੇ ਖੇਡਣਾ ਟੀਮਾਂ ਨੇ ਉਹ ਸਾਨੂੰ 2 ਮਿੰਟ ਦੇ ਵਿੱਚ ਦੱਸ ਦੇਣ ਨਹੀਂ ਖੇਡਣਾ ਜੀ ਠੀਕ ਹੈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਾਂ ਕਰ ਦਈਏ ਸਮਾਪਤ ਟੂਰਨਾਮੈਂਟ ਆਪਾਂ ਸੋਚਿਆ ਹੋਰ ਹਿਸਾਬ ਨਾਲ ਸਮਾਪਤ ਕਰਨ ਦਾ ਪਰ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੁੰਦਾ ਹੋਣਾ ਉਹੀ ਹੁੰਦਾ ਔਰ ਮੇਰੀ ਬੇਨਤੀ ਟੀਮਾਂ ਆ ਕੇ ਆਪਣਾ ਕਿਰਾਇਆ ਜ਼ਰੂਰ ਲੈ ਲੈਣ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ kabaddi365.com ਦੇ ਨਾਲ ਜੁੜੇ ਆ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਉਹਨਾਂ ਤੋਂ ਵੀ ਅਸੀਂ ਮਾਫੀ ਚਾਹੁੰਦੇ ਹਾਂ ਕਿਉਂਕਿ ਸਤਨਾਮ ਇੱਕ ਕਬੱਡੀ ਦਾ ਸਟਾਰ ਜਿਹੜੇ ਖਿਡਾਰੀ ਦੇ ਸੱਟ ਲੱਗ ਗਈ ਔਰ ਇਸ ਤੋਂ ਬਾਅਦ ਕਿਸੇ ਟੀਮ ਦਾ ਵੀ ਜਿਹੜਾ ਦਿਲ ਨਹੀਂ ਕੀਤਾ ਖੇਡਣ ਨੂੰ ਤੇ ਨਾ ਹੀ ਜਿਹੜੇ ਅਫੀਸ਼ੀਅਲ ਜਾਂ ਦਰਸ਼ਕ ਸਾਰਿਆਂ ਦੇ ਜਿਹੜੇ ਦਿਲ ਟੁੱਟ ਗਏ ਆ ਕਿਉਂਕਿ ਸਤਨਾਮ ਵਰਗਾ ਖਿਡਾਰੀ ਜਿਹੜਾ ਉਹ ਮੁਸ਼ਕਲ ਹੀ ਜਿਹੜਾ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਹੋਰ ਜਿਹੜਾ ਸਤਨਾਮ ਪੈਦਾ ਹੋ ਸਕੇ ਆਪਾਂ ਸਾਰਿਆਂ ਨੇ ਇਹੋ ਅਰਦਾਸ ਕਰਨੀ ਆ ਵੀ ਸ਼ਹੀਦ ਅਰਦਾਸ ਕਰਨੀ ਆ ਵੀ ਸਤਨਾਮ ਜਲਦੀ ਠੀਕ ਹੋਵੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਸਾਰੇ ਪਲੇਅਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਦਿੱਤਾ ਇਹ ਟੂਰਨਾਮੈਂਟ ਕਰਵਾਉਣ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ 75 ਦਾ ਵੀ ਜਿਹੜਾ ਅਸੀਂ ਨਾਮ ਉਹ ਸਾਂਝਾ ਕਰ ਦਿੱਤਾ ਵਾਸ਼ਿੰਗ ਮਸ਼ੀਨ ਅਸੀਂ ਆਪਦੇ ਕੋਲੇ ਰੱਖ ਲਈਆਂ ਅਗਲੇ ਸਾਲ ਨੂੰ ਜੋ ਵੀ ਹੋਊਗਾ ਉਹ ਕੀਤਾ ਜਾਊਗਾ ਫੈਸਲਾ 19000 ਰੁਪਇਆ ਬਣਦਾ 20000 ਰੁਪਇਆ ਉਹਨਾਂ 75 ਵਾਲੀਆਂ ਫਾਈਨਲ ਵਾਲੀਆਂ ਟੀਮਾਂ ਨੂੰ ਦੇ ਦਿਓ ਠੀਕ ਹੈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਨੇ ਸਤਨਾਮ ਦੇ ਇਲਾਜ ਦੇ ਲਈ ਪੈਸੇ ਭੇਜੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ 5, 10, 15, 20, 100, 50, 1000, 5000, 10000, 15000 ਜਿਨ੍ਹਾਂ ਨੇ 1 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਕਮੇਟੀ ਦੇ ਫੈਸਲੇ ਦੇ ਲਈ 500 ਪਹੁੰਚਿਆ ਜੀ ਇਹ ਲੈ ਲਓ ਅਮਰਾ ਸਲਾਬਤਪੁਰਾ ਬਹੁਤ ਬਹੁਤ ਧੰਨਵਾਦ ਕੋਟਲਾ ਮੇਹਰ ਸਿੰਘ ਵਾਲੇ ਦੇ ਵਿੱਚ ਕਮੇਟੀ ਸਪੋਰਟਸ ਕਲੱਬ ਦਾ ਜਿਹੜਾ ਪਿਛਲੇ ਸਾਲ ਮਾਣੂਕੇ ਦੇ ਵਿੱਚ ਸਨਮਾਨ ਕੀਤਾ ਗਿਆ ਸੀ ਇਹਨਾਂ ਦੇ ਡਿਸਿਪਲਨ ਨੂੰ ਦੇਖਦੇ ਹੋਏ ਇਸ ਸਾਲ ਸਾਡਾ ਪਿੰਦਾ ਬਰਾੜ ਤੇ ਕਾਬਲ USA ਕੋਟਲਾ ਮੇਹਰ ਸਿੰਘ ਵਾਲੇ ਦੇ ਵਿੱਚ ਸ਼ਹੀਦ ਭਗਤ ਸਿੰਘ ਕਲੱਬ ਦਾ ਇਹਨਾਂ ਦੀਆਂ ਜਿਹੜੀਆਂ ਡਿਸਿਪਲਨ ਵਧੀਆ ਰੂਲ ਐਂਡ ਰੈਗੂਲੇਸ਼ਨ ਦੇ ਜਿਹੜੇ ਬਦਲੇ ਇਹਨਾਂ ਨੂੰ ਵਿਸ਼ੇਸ਼ ਸਨਮਾਨ ਕੋਟਲਾ ਮੇਹਰ ਸਿੰਘ ਵਾਲੇ ਦੇ ਕਬੱਡੀ ਕੱਪ ਤੇ ਕੀਤਾ ਜਾਊਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਣਜਾਣੇ ਦੇ ਵਿੱਚ ਜੇ ਕਿਸੇ ਮੇਰੇ ਵੀਰ ਦੀ ਸ਼ਾਨ ਦੇ ਖਿਲਾਫ ਗਲਤ ਬੋਲਿਆ ਗਿਆ ਹੋਵੇ ਤਾਂ ਆਪਣੇ ਛੋਟੇ ਵੀਰ ਪਿੰਦਰ ਜਲਾਲ ਨੂੰ ਬੱਚਾ ਸਮਝ ਕੇ ਮਾਫ ਕਰਨਾ ਮਾਈਕ ਲੈ ਲਿਓ ਜੀ ਸਾਊਂਡ ਵਾਲਾ ਵੀਰ ਦੀਪ ਸਾਊਂਡ